वाहगुरु जी की फतेह। सत संगत जी, मूल नानक शाही कैलेंडर के अनुसार जो श्री गुरु ग्रंथ साहब जी का गुरगद्दी दिवस सितंबर पहली नूं पिया है, पहली नूं सी ते असी जो अज का दीवान है, असी श्री गुरु ग्रंथ साहब जी के प्रकाश उत्सव के संबंध में ही कर रहे हैं। सो अज का दीवान समर्पित है श्री गुरु ग्रंथ साहब के गुरगद्दी दिवस नूं। ते हमेशा की तरह वीरवार का जो साडा एस एफ बी वर्चुअल प्रोग्राम है वह रहरा साहब के पाठ नाल शुरू होगा, अते उस तो बाद शब्द कीर्तन, फिर आनंद साहब अरदास ते हुक्मनामा। ते हुण मैं भाई साहब जी नूं बेनती करांगा कि वह अज के दीवान की शुरुआत करन। वाहिगुरु जी का खालसा, वाहिगुरु जी की फतेह। गहीरा कोई न जाने तेरा केता केवड़ चीरा रहाओ।
ਸਭ ਸੁਰਤੇ ਮਿਰ ਸੁਰਤ ਕਮਾਏ, ਸਭ ਕੀਮਤ ਮਿਰ ਕੀਮਤ ਪਾਏ, ਗਿਆਨੀ ਧਿਆਨੀ ਗੁਰ ਗੁਰ ਹਾਏ, ਕਹਿਣ ਨਾ ਜਾਏ ਤ੍ਰਿ ਤ੍ਰਿ ਵਡਿਆਈ, ਸਭ ਸਤ ਸਭ ਤਪ ਸਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਮਿਰ ਸਦੀਕ ਨੇ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੈ ਤੇਰੇ ਭੰਡਾਰਾ, ਜਿਸ ਤੋਂ ਦੇਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ, ਆਸਾ ਮਹਿਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ, ਸੱਚ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਇ ਚਲਿਐ ਦੂਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਹਿ ਸੱਚ ਨਾਇ ਰਹਾਉ, ਸੱਚ ਨਾਮ ਕੀਤਲ ਵਡਿਆਈ, ਆਥ ਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਪਿਆ ਕਿਰਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ, ਗੁਣੇ ਹੋਰ ਨਾ ਹੀ ਕੋਏ, ਨਾ ਕੋਹਾ ਨਾ ਕੋਏ, ਜੇ ਵੜਿਆਪ ਤੇ ਵੜ ਤੇਰੀ ਦਾਤ, ਜਿਨ ਦਿਨ ਤਰਕੈ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾ ਵਿਵਾਸਨਾਤ, ਰਾਗੁ ਜੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਪੁਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰਦਿਆ ਨਾਮ ਪ੍ਰਗਾਸ, ਮੇਰੇ ਮਿਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹੰਦੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸੈ, ਮਿਰ ਸੰਗ ਗੁਣ ਪ੍ਰਗਾਸ, ਜਿਨ ਹਰ 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 ਰਸ ਨਾਮ ਨ ਪਾਇਆ, ਤੇ ਭਾਗਹੀਨ ਜੰਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾ ਗੁਜਰੀ ਮਹਿਲਾ ਪੰਜਵਾਂ, ਕਾਹੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀ ਉਪਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਤਰਿਆ, ਗੁਰ ਪ੍ਰਸਾਦ ਪ੍ਰਮੁਖ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਮੰਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਜਗ ਸੰਭਾਏ ਠਾਕੁਰ, ਕਾਹੇ ਮਨ ਠੋਕਰਿਆ, ਉਡੇ ਉਡਾ ਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤ ਧਰਿਆ, ਜਿਨ ਨਾਨਕ ਬਲ ਬਲ ਸੁਤ ਬਲ ਜਾਈਐ, ਤੇਰਾ ਅੰਤ ਨਾ ਪਾਰਾ ਭਰਿਆ, ਰਾਗ ਆਸਾ ਮਹਿਲਾ ਚੌਥਾ, ਸੋ ਪੁਰਖ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾਗਮ ਪਾਰਾ, ਸਭ ਧਿਆਵੈ ਸਭ ਧਿਆਵੈ ਤੁਜ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਮ ਜੰਤ ਵਿਚਾਰਾ, ਤੂੰ ਘਟਕੜ ਅੰਤਰ ਸਰਵ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋ ਤੁਧ ਬਿਨਾ ਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣਾ ਬਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ, ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਤੁਟ ਜਮ ਕੀ ਫਾਸੀ, ਜਿਨ ਨਿਰਭਉ
ਜਿਨ੍ਹਾਂ ਨੇ ਭਉ ਧਿਆਇਆ ਜੀ ਤਿਨਕਾ ਭਉ ਸੁਖਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਜਿਨ੍ਹਾਂ ਧਿਆਇਆ ਜੀ ਜਨ ਨਾਨਕ ਤਿਨ ਮਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹ ਗੁਰੂ ਜੀ ਹਰ ਅੰਕ ਅਨੇਕ ਅਨੰਤਾ ਤੇਰੇ ਅੰਕ ਕਰੈ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰ ਸਾਸ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਦੂਜੇ ਵਡਬਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਿਤ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧੇ ਆਪੇ ਸਿਸ਼ਟ ਸਭ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੁੰਦੇ ਸੋਈ ਉਪਾਈ ਰਹਾਉ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨੁੱਖ ਗਵਾਇਆ ਤੁਧੇ ਆਗ ਛੋੜਿਆ ਪਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਪਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਨੂੰ ਸੱਦਿਆ ਖਾਣੈ ਜਿਨਾ ਸੇਵਿਆ ਤਿਨ ਸੁਖ ਪਾਇਆ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਧ ਬਿਨ ਦੂਜਾ ਅਮਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋ ਪਗਨੀ ਚਾਲੈ ਹਮ ਦੇਖਾ ਤਹਿ ਡੂਬਿਆਲੇ ਮਨ ਏਕ ਨਾ ਚਿਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਰਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹਿਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ ਅਵਰ ਕਾਜ ਤ੍ਰਿਕ ਤਨ ਕਾਮ ਮਿਲ ਸਾਧ ਸੰਗਤ ਭਜ ਕੇ ਬਲਨਾਮ ਸਰੰਗ ਜਾਮ ਲਾਭ ਭਾਵ ਜੋ ਤਰਨ ਕਹਿ ਜਨਮ ਮਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਤ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮ ਮਾ ਸ਼ਰਨ ਪਰੇ ਕੀ ਰਾਪੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮ ਮਾ ਸ਼ਰਨ ਪਰੇ ਕੀ ਰਾਪੋ ਸਰਮਾ ਪਾਤਸ਼ਾਹੀ ਦਸਵੀਂ ਭਗਵ ਬਾਜ ਬੇਨਤੀ ਚੋਕ ਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਭਾਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰੀਐ ਸਭ ਬੈਰਣ ਪੁਆ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸ਼ਾਟ ਕੋਈ ਅਪਣਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚਿੰਤੁ ਸਿੱਖ ਹਮਾਰੇ ਮਾਰੀਐ ਆਪ ਹਾਥ ਲੈ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਤੂੰ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿਓ ਰੱਛਾ ਰਾਖ ਲੈ ਹੋ ਮੋਹਿ ਰਾਖਣ ਹਾਰ
संत सहाय प्यारे दीन बंधु चरके हंता तुमो प्रिय चतुरस्तंता काल पाए ब्रह्मा भक्तरा काल पाए शिव जीव अवतरा काल पाए कृष्ण प्रकाशा सगल काल का पिया तमासा जम काल जोगी शिव की हो भेदराज ब्रह्मा ज्योति हो जम काल सब लोक सुवारा नमस्कार है काय हमारा जम काल सब जप्त मनायो देव दैत जचन पुजायो आदंते कै अवतारा सोई गुरु समझियो हमारा नमस्कार किसी को हमारी सकल प्रजा जिनाब सुवारी शिव कण को शिव गुरु सुख दियो सतरण को पलमो बद कियो घटपट के अंतर की जानत पले पुरे की पीर प्रशांत चीटी ते कुंचरे स्थूला सब पर कृपा दिष्ट कर फूला संतन दुख पाए ते दुखे सुख पाए साधन के सुखी एक एक की पीर पछान है घट घट के पटपट की जान है जब उद कर करा कर तारा प्रजा धर्त पर देह पारा जब या कर्क कर तुम कब हूँ तुम मैं मृत देह धर सब हूँ जेते बदन शिष्ट शब्द हार है आप अपनी भुज उचार है तुम सभी ते रहत निरालम जान वेद भेद रयालम निरंकार निर्विकार निलंब आद नील नाद संभ ताका मूल उचात पेता जाको भिन्न न पावत वेता ताको कृपा हनुमानत महामूल कष्ट न जानत महादेव को कैस दास्यो निरंकार का चिन्त न केव आप अपनी बुद्ध है जेती वर्णत भिन्न भिन्न तो तेती तुमरा लगा न जाय पसारा केवल सजा तुम संसारा एक रूप रूप रूपा रंग भयो राग कई रूपा नजर से तरकीने उत भुज खान बहुर रच दीने कहूं पूर राजा हुए बैठा कहूं सिमट कहूं सिंकर कैठा सगरी सिष्ट दिखाई चम भव आजुगा सुरुप से हम भव अब रच्छा मेरी तुम करो सिखु बार या सिख संघरो दुष्ट जते उठवा तुपाता सकर मरेश प्रोरण काता जे अस्तुता सरणी परे तिनके दुष्ट दुख तु है मरे पुरख जोन पग परे तिहारे तिनके तुम संकट सतारे जो कल्प हो एक बार धे है ताके का निपने है रक्षा हो ताहि सुकाला दुष्ट ऋषि करै तत्काला कृपा दृष्टि उत्तर जाय हर हो ताके ता फलक मोहर हो रिद्ध सिद्ध धर्मो सब होई दुष्ट छाछ वस कह न कोई एक बार जप में सुम्हारा काल फास्ते ताहि उबारा जिन नर नाम तिहारो कहा दर दुष्ट दोख ते रहा खड़ग के तुम्हें शरण तिहारी आप हाथ में ले हो उबारी सर्व ठोर मो हो सहाई दुष्ट दोख ते ले हो बचाई खड़ग के तुम्हें शरण तिहारी आप हाथ दे ले हो उबारी सर्व ठोर मो हो सहाई दुष्ट दोख ते ले हो बचाई सवैया पाए गए जब ते तुमरे तब ते कुआ तेरे ने आन्यो राम रहीम पुराण पुराण नहीं कह मत एक ना मान्यो सिमरत शास्त्र वेद सब है बहु भेद कहे हम एक ना जाने हो श्री स्पान कृपा तुमरी कर मैं ना कहो सब तो है बखाने उधोरा सकल द्वार को शाड कह गयो द्वार हो द्वार बाहे गए की लाज अस गोविंद दास तुहार सकल द्वार को शाड कह गयो द्वारो द्वार बाहे गए की लाज अस गोविंद दास तुहार राम कली महला तीजा अनंत ओंकार सतगुरु प्रसाद अनंत पया मेरी माए सतगुरु मैं पाया सतगुरु ता पाया सह छेती मन बजियां बधाइयां राग रतन प्रवाद
ਭਾਈ ਕੇਰਾ ਮੰਜਮੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਕਲਾ ਸਿਮਰਤ ਸਵਾਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਧਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿੱਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਧਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਪ੍ਰਸ਼ਾਂਤ ਸੁਖ ਮਨੈ ਵਸਿਆ ਜਨੀਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਦਵਸ ਕੀਤੇ ਕਾਲ ਪੰਡ ਕੁਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰਕੇ ਲਾਗੇ ਕਹਿ ਨਾਨਕ ਤਹਿਸ ਹੋਆ ਤਿਤ ਘਰ ਆਨੰਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਧਰਮ ਕਿਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਸਾ ਜਨਮ ਕਹਿ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਭੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹਿਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਭਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰਧਾਰੋ ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਦਰਮਾ ਹੈ ਸੁਣਕੈ ਜਮ ਕੇ ਦੂਤ ਨਾਇਕ ਰਹਿ ਛਿੜ ਜਾਹੇ ਪਾਉ ਜਲ ਬਿਕਮਸ ਗਾਹਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਰਮੈ ਇਹੋ ਪੁਣ ਗੁਰ ਗੋਬਿੰਦ ਗਾਏ ਸਭ ਸੈਨੋ ਕਿਰਪਾਲ ਸੰਭਾਲੇ ਸਾਹਿ ਸਾਹੇ ਬ੍ਰਿਥਾ ਕੋਈ ਨ ਜਾਏ ਜੇ ਆਵਤ ਦਿਆਏ ਸਲੋਕ ਮਹਿਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰੂ ਨਾਓ ਨੇਤਰੀ ਸਤਿਗੁਰੂ ਪੇਖਣਾ ਸਰਵਣੀ ਸਰੁਣਾ ਗੁਰਨਾਓ ਸਤਿਗੁਰ ਛੇਤੀ ਰਤਿਆ ਦੁਰਗੈ ਪਾਈਏ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮੈਂ ਤੂੰ ਕਾਢੀਐ ਵਿਰਲੈ ਕਈ ਕੇ ਮਹਲਾ ਪੰਜਵਾਂ ਰੱਖੇ ਰੱਖਣਹਾਰ ਆਪੂ ਵਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੁਆ ਆਪਦਿਆ ਨੂੰ ਨਾ ਵਿਸਾਰੀਅਨ ਸਾਧਨਾ ਕੇ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਕਿਨ ਮਾਇ ਵਿਦਾਰੀਅਨ
नारक मान धन सुखी हो
वाहो वाहो बाणी निरंकार है, वाहो वाहो बाणी निरंकार है, वाहो वाहो बाणी निरंकार है। किस जे बट अमर Thank you.
सदा सुख पाद सरना रास दिया।
ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖ
ਸਕੇ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਤ ਖਾਲਸਾ ਜੀ ਕੀ ਅਰਦਾਸ ਸਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਪੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੁਲ ਵਾਲੇ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਾਤੇ ਰੱਖ ਏਕਾ ਤੁਕ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਪਾਤਸ਼ਾਹ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟਿਆਂ ਦੀ ਹੋਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦਾ ਪਹਿਲਾ ਪ੍ਰਕਾਸ਼ ਗੁਰੂ ਮਨਾਉਂਦਿਆਂ ਹੋਇਆ ਆਪ ਜੀ ਦੀਆਂ ਸਮੂਹ ਸੰਗਤਾਂ ਪਾਸੋਂ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਸੋ ਦਰ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਨੇ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ ਬਾਣੀ ਪੜ੍ਹਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਭੁੱਲ ਚੁੱਕ ਮੁਆਫ ਕਰਨੀ ਅਗਾਂਹ ਵਾਸਤੇ ਸੁਮਤ ਬਖਸ਼ੋ ਪੜ੍ਹੀ ਸੁਣੀ ਬਾਣੀ ਆਪ ਜੀ ਦੇ ਦਰ ਤੇ ਪ੍ਰਵਾਨ ਹੋ ਗਏ ਪੜ੍ਹੀ ਸੁਣੀ ਬਾਣੀ ਦਾ ਮਹੱਤਵ ਸਮੂਹ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਸਰਬ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਗੁਰਮਤ ਅਨੁਸਾਰ ਸਭਨਾ ਦੇ ਕਾਰਜ ਰਾਜ ਕਰਨੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਆਪਣੇ ਬੱਚਿਆਂ ਨੂੰ ਵਿਦਿਆ ਦਾਨ ਨਾਮ ਦਾਨ ਸਿੱਖੀ ਸਦਕ ਭਰੋਸਾ ਦਾਨ ਬਖਸ਼ੋ ਬਾਣੀ ਬਿਰਲੋ ਵਿਚਾਰ ਸੀ ਦੇਖੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਸਮੂਹ ਸੰਗਤ ਨੂੰ ਸਿੱਖੀ ਸਦਕ ਭਰੋਸਾ ਦਾਨ ਨਾਮ ਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਸੇਵਕ ਪਰਿਵਾਰ ਬੀਬੀ ਮਨਜੀਤ ਕੌਰ ਸੰਧੂ ਵੱਲੋਂ ਆਪਣੀ ਭੈਣ ਰਾਜਵੰਤ ਕੌਰ ਗਿੱਲ ਜੀ ਦੀ ਸਲਾਨਾ ਬਸੀ ਮਨਾਉਂਦਾ ਹੋਇਆ ਸਤਿਗੁਰੂ ਜੀ ਅਰਦਾਸ ਬੇਨਤੀ ਹੈ ਦੇਹੋ ਸੱਜਣ ਅਸੀਂ ਸਣੀਆਂ ਜੋ ਹੋਵੇ ਸਾਹਿਬ ਸਿਉ ਮੇਲ ਵਿਛੜੀ ਆਤਮਾ ਬੀਬੀ ਰਾਜਵੰਤ ਕੌਰ ਗਿੱਲ ਨੂੰ ਸਦੀਪ ਕਾਲ ਆਪਣੇ ਚਰਨ ਕਮਲਾਂ ਵਿੱਚ ਨਿਵਾਸਾ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹੈ ਉਸ ਨੂੰ ਸਹਾਈ ਹੋਣਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਅੱਜ ਦੇ ਲੰਗਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਸੇਵਾ ਆਪ ਜੀ ਦੇ ਸੇਵਕ ਪਰਿਵਾਰ ਭਾਈ ਦਵਿੰਦਰ ਸਿੰਘ ਬੀਬੀ ਸੁਖਵੰਤ ਕੌਰ ਬੈਣੀਵਾਲ ਸਮੂਹ ਬੈਣੀਵਾਲ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਸੇਵਕਾਂ ਨੇ ਕੀਤਾ ਸੇਵਾ ਕੀਤੀ ਹੈ ਸੇਵਕਾਂ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ ਗੁਰਮਤਿ ਅਨੁਸਾਰ ਬਿਣ ਬੋਲਿਆ ਸਭ ਕੁਛ ਜਾਣਦਾ ਕਿਸੇ ਆਗਿਆ ਕੀਚੇ ਅਰਦਾਸ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਕਾਰੋਬਾਰ ਚ ਵਾਧੇ ਬਖਸ਼ਿਸ਼ ਕਰਨੇ ਗੁਰਮਤਿ ਅਨੁਸਾਰ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਇਸੇ ਤਰ੍ਹਾਂ ਬਾਣੀ ਪੜ੍ਹਨ ਦਾ ਹੱਥੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਅੰਗ ਸਿੰਘ ਸਹਾਈ ਹੋਣਾ ਆਪ ਜੀ ਦੀਆਂ ਸਮੂਹ ਸੰਗਤਾਂ ਸਮੂਹ ਬੈਣੀਵਾਲ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਲੰਗਰ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਪਵਿੱਤਰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ਿਸ਼ ਕਰਨਾ ਸਮੂਹ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਸੁੱਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰਾ ਗਿਆ ਭਈ ਅਕਾਲ ਕੀ ਚਲਾਇਓ ਪੰਥ
ਸਾਸੀ ਹਰ ਪੋਹਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੇ ਜੋ ਪ੍ਰਭੋ ਮਿਲ ਲੋਚੈ ਉਹ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਆਈ ਰਹਿ ਨਾ ਕੋਈ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਤਾਰਨਹਾਰ ਜੋ ਸ਼ਰਧਾ ਕਰ ਸੇਮਦੇ ਗੁਰ ਪਾਰ ਤਾਰਨਹਾਰ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀਓ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੁਣ ਡੋਲੇ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੈ ਅਮੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਈਏ ਸੋਨਾ ਦਾ ਵੇਸਾਹੋ ਸੋ ਕਹੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਧ ਖਸਮ ਦੇ ਨੂਰ ਅਰਸੋ ਪੁਰਸੋ ਛੱਡੀਐ ਤੁਰ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ ਤੁਰ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛੂ ਨਾ ਸੁਝੈ ਇਹ ਜਤਨ ਕਾਟ ਕਲਕਾਰ ਰਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੇ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਹਜ਼ੂਰੀ ਅੰਦਰ ਜੁੜ ਕੇ ਬੈਠੀ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
जिनको नगर कर्म हो गए हृदय तिना समाणी पीबो अमृत सदा रो हर जप्यो साल पाणी कह नान सदा गाओ यह सच्ची बाणी। अज असी सारे ही साहब श्री गुरु ग्रंथ साहब जी का पहला प्रकाश पुरब मना रहे हैं। सो जिस समय साहब श्री गुरु अर्जन देव पातशाह बहुत छोटे सन तो रिड़ते रिड़ते श्री गुरु अमरदास पातशाह जी दे अपने नाना जी दे आसन ते चढ़ गए तो उस समय साहब श्री गुरु अमरदास जी बड़े प्रसन्न हुए तो उन्होंने गुरु अर्जन देव पातशाह उछड़ चुक लिया ते नाल ही वर दिता दोहिता बाणी का बोहिता। सो साहब श्री गुरु अर्जन देव पातशाह ने समा बीतता गया तो उन्होंने गुरु नानक पातशाह की बाणी गुरु अंगद देव जी की बाणी गुरु अमरदास जी की बाणी श्री गुरु रामदास पातशाह जी की बाणी तो उस समय भाई सन्मुख सिंह उन्होंने तो पैड़े मौके तो श्री गुरु अमरदास जी जी के पोतरे संत राम जी ने गुरबाणी सिखाने लिखा तो गुरु साहबान ने आप भी इस बाणी अपने हथा लिखा तो साहब श्री गुरु अर्जन देव पातशाह ने सारी बाणी कट्ठी की ते कुछ पोथियां बाबा मोहन जी पास सन तो उस समय श्री गुरु अर्जन देव पातशाह ने भाई गुरदास जी ने बाबा बुढ़ा जी ने गोविंदवाल साहब तो पोथियां लैन वास्ते भेजा तो बाबा मोहन जी ने पोथियां देने तो ना कर दिती तो फिर श्री गुरु अमरदास पातशाह दे जिहड़े पुत्र सन बाबा मोहन जी उन्होंने पोथियां ना दित्तियां तो फिर श्री गुरु अर्जन देव पातशाह आप सरंदा लैके उन्होंने कोल गए तो उस वेले सतगुरु ने शब्द उच्चारण किया मोहन तेरे उच्चे मंदिर महल अपारा तो बाबा मोहन जी की समाधि खुल गई तो उन्होंने जो पोथियां उन्होंने कोल सन श्री गुरु अर्जन देव पातशाह भेटा कीतियां। सो सारी बाणी इकट्ठी करके सतगुरु ने 15 भक्तों को 3 सिखां को ते 11 भट्ट ते बाद विच साहब श्री गुरु तेग बहादुर साहब जी की बाणी गुरु गोबिंद सिंह महाराज ने गुरु ग्रंथ साहब के अंदर अंकित किया जदों उन्होंने गुरता गद्दी हजूर साहब विखे साहब श्री गुरु गोबिंद सिंह महाराज ने दिती ते नाल ही श्री गुरु गोबिंद सिंह महाराज आखण लगे अगे वास्ते कोई भी देहधारी गुरु नहीं होएगा साढ़े गुरु ग्रंथ साहब होणगे। सो साहब श्री गुरु अर्जन देव पातशाह ने यह सारे कार्य रामसर के कंडे ते बैठ के संमत पहले 1660 नू इस कार्य आरंभ किया ते 1661 के अंदर ही श्री गुरु ग्रंथ साहब जी का पहला प्रकाश श्री दरबार साहब अमृतसर विखे होया ते गुरु घर के पहले ग्रंथी बाबा बुढ़ा जी बने। सो आओ गुरु रूप खालसा सत संग जी साहब श्री गुरु ग्रंथ साहब जी के प्रकाश पुरब दी आप जी सारे ही लख 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 बधाइया हो। सो सतगुरु जी रहमत करन असी इसे तरह ही कोई गावे को सुने हर नामा चित लाए कहो कभी संसा नहीं अंत परमगत पाए बाणी नु सरवण करना ते बाणी नु गायन करना उसका फल जिहड़ा है हर एक मनुख नु बराबर प्राप्त होंदा है। सो समाप्ति तो उपरंत सतगुरु ने यह पवित्र हुकमनामा धनासरी महला पंजवां धनासरी राग के अंदर साहब श्री गुरु अर्जन देव पातशाह ने यह रचना उच्चारण की है। राव की पंक्ति अंदर सतगुरु जी कहते हैं साधु संघ भजो गोपाल गोपाल का मीनिंग है धरती की प्रतिपालना करने वाला वह वाहिगुरु परमेश्वर उस वाहिगुरु परमेश्वर दे हमेशा ही सानू सारे ही श्री गुरु ग्रंथ साहब जी की हजूरी अंदर बैठ के गुण गायन करने चाहिए हैं। आन संजम किचू ना सूझे ये जतन काट कलकार होर किते हुए उपराले किसी भी कम नहीं आने केवल तो केवल उसकी सेवा उसका सिमरन ते नाम नूं ही गुरु घर विच जिहड़ी है महानता मिली है। ते सतगुरु जी कहिंदे ने दीन दर्द निवार ठाकुर राखै जन की आप ओ वाहिगुरु परमेश्वर निमाणिया दे गरीबां दे अनाथां दे दुख दूर कर दिंदा है ते अपने जन अपने सेवकां दी आप पैज रखदा है तरन तारन हर नित दुख ना सकै व्याप अहो जल बिन शब्द है क्यों करी है नाम बिना जग रोग व्यापिया दुबदा डुब डुब मरी है इस संसार सागर तो पार उतारा करने वास्ते हर एक मनुख नूं मिठे हर गुण गाओ जिंदू तू मिठे हर गुण गाओ सच्चे सेठी रतियां मिलिया निथां मिथां उस वाहिगुरु परमेश्वर के नाम की भगती करनी चाहिए है। सो सतगुरु का यह उद्देश साढ़े हिरदे अंदर वसे ताकि ये लोग सुखी
ਪ੍ਰਲੋਕ ਵੇਲੇ ਨਾਨਕ ਸਤਿ ਵਾਸਤ ਵੇਲੇ ਸੋ ਬਹੁਤ ਹੀ ਸਿਹੋ ਪਰਿਵਾਰ ਭਾਈ ਗੁਰਿੰਦਰ ਸਿੰਘ ਗਾਣੀਵਾਲ ਸੁਮੋ ਗਾਣੀਵਾਲ ਪਰਿਵਾਰ ਨੇ ਸਤਿਗੁਰ ਦੇ ਬਖਸ਼ੇ ਖਜ਼ਾਨਿਆਂ ਵਿੱਚੋਂ ਅੱਜ ਦੇ ਲੰਗਰ ਕੜਾਹ ਪ੍ਰਸ਼ਾਦ ਦੀਆਂ ਡੇਗਾਂ ਦੀ ਸੇਵਾ ਕੀਤੀ ਹੈ। ਸਤਿਗੁਰ ਜੀ ਕੀਤੀ ਹੋਈ ਸੇਵਾ ਸਫਲੀ ਕਰਨ, ਪਰਿਵਾਰ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ। ਸੁਆਈਆਂ ਸੰਗਤਾਂ ਦਾ ਸੇਵਕ ਪਰਿਵਾਰ ਵੱਲੋਂ ਸਭਾ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਅਗਲੇ ਸਮੇਂ ਵਾਸਤੇ ਸਾਡੇ ਐਸ ਐਫ ਬੀ ਦੇ ਚੇਅਰਮੈਨ ਭਾਈ ਸੁਰਜੀਤ ਸਿੰਘ ਜੀ ਸਿੱਧੂ ਉਹ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਜੀ। ਸੋ ਬੁਲਾ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਮੈਂ ਦੀਵਾਨ ਦੇ ਸ਼ੁਰੂ ਵਿੱਚ ਵੀ ਦੱਸਿਆ ਸੀ ਅਤੇ ਭਾਈ ਸਾਹਿਬ ਜੀ ਨੇ ਵੀ ਅਰਦਾਸ ਵਿੱਚ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਬਾਰੇ ਵੀ ਸੰਗਤਾਂ ਨੂੰ ਵਿਚਾਰ ਦੱਸੇ ਨੇ। ਅਤੇ ਅੱਜ ਜੋ ਸਾਡਾ ਦੀਵਾਨ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਅਤੇ ਮੈਂ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੇ ਬੋਰਡ ਵੱਲੋਂ ਸਾਰੀ ਸੰਗਤ ਨੂੰ ਇਸ ਪ੍ਰਕਾਸ਼ ਉਤਸਵ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਇਸ ਦੇ ਨਾਲ ਹੀ ਮੈਂ ਭਾਈ ਸਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦਾ, ਜਿਨ੍ਹਾਂ ਨੇ ਕਿ ਹਮੇਸ਼ਾ ਇਸ ਤਰ੍ਹਾਂ ਸੰਗਤਾਂ ਨੂੰ ਰਹਿਰਾ ਸਾਹਿਬ ਦਾ ਪਾਠ ਅਤੇ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ, ਉਹਨਾਂ ਨੂੰ ਵੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਵਾਹਿਗੁਰੂ ਸਾਰੇ ਜੱਥੇ ਨੂੰ ਚੜ੍ਹਦੀ ਕਲਾ ਬਖਸ਼ੇ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਦੱਸਦੇ ਆ ਰਹੇ ਸੀ ਅਤੇ ਪਿਛਲੇ ਐਤਵਾਰ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਵਿੱਚ ਫ੍ਰੀ ਕੋਵਿਡ ਕੈਂਪ ਲੱਗਿਆ ਸੀ ਅਤੇ ਉਸ ਵਿੱਚ ਤਕਰੀਬਨ 37-37 ਦੇ ਕਰੀਬ ਪ੍ਰਾਣੀਆਂ ਨੇ ਟੈਸਟਿੰਗ ਕਰਵਾਈ ਸੀ। ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਸਾਰੇ ਦੇ ਸਾਰੇ ਹੀ ਜੋ ਟੈਸਟ ਰਿਜ਼ਲਟ ਸਨ ਨੈਗੇਟਿਵ ਸਨ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਸੰਗਤ ਜੋ CDC ਦੀਆਂ ਮੈਡੀਕਲ ਗਾਈਡਲਾਈਨਸ ਨੇ ਕਰੋਨਾ ਵਾਇਰਸ ਬਾਰੇ ਉਸਨੂੰ ਫਾਲੋ ਕਰ ਰਹੀਆਂ ਨੇ। ਸੋ ਬੜੀ ਚੰਗੀ ਗੱਲ ਹੈ ਅਤੇ ਸਾਡੇ ਵੱਲੋਂ ਤਾਂ ਇਹੀ ਅਪੀਲ ਹੈ ਕਿ ਤੁਸੀਂ ਇਸੇ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਜੋ CDC ਦੀਆਂ ਇੰਸਟਰਕਸ਼ਨਸ ਨੇ ਉਹਨਾਂ ਨੂੰ ਫਾਲੋ ਕਰਦੇ ਰਹੋ। ਅਤੇ ਇਸ ਦੇ ਨਾਲ ਹੀ ਸਾਧ ਸੰਗਤ ਜੀ, ਅੱਜ ਦੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਐਤਵਾਰ ਨੂੰ ਫਿਰ ਸਵੇਰੇ 10 ਵਜੇ ਐਤਵਾਰ ਦੇ ਦੀਵਾਨ ਵਿੱਚ ਸਾਡੇ ਨਾਲ ਜੁੜੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।